ਭਾਵੇਂ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ ਇਸ ਗੱਲ ਦੀਆਂ ਸਿਫਤਾਂ ਕੀਤੀਆਂ ਜਾ ਰਹੀਆਂ ਨੇ ਆਪਣੀ ਪਿੱਠ थਾਪੜੀ ਜਾ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਦਾਵਾ ਕਰ ਰਹੇ ਨੇ ਕਿ ਇਸ ਵਾਰ 80 ਲੱਖ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆ ਗਏ ਨੇ। ਅਗਲੀ ਵਾਰ ਹੋਰ ਜ਼ਿਆਦਾ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਣਗੇ ਪਰ ਇਸ ਦੇ ਨਾਲ ਪੰਜਾਬ ਦੀ ਖਾਸ ਤੌਰ ਤੇ ਪਾਵਰ ਕਾਰਪੋਰੇਸ਼ਨ ਪੀਐਸਪੀਸੀਐਲ ਦੀ ਆਰਥਿਕ ਹਾਲਤ ਦਿਨ-ਬਦਨ ਖਰਾਬ ਹੁੰਦੀ ਦਿਖਾਈ ਦਿੰਦੀ ਹੈ। ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ ਪਾਵਰ ਕਾਰਪੋਰੇਸ਼ਨ ਨੂੰ 1880 ਕਰੋੜ ਰੁਪਏ ਦਾ ਘਾਟਾ ਪਿਆ ਹੈ। 87 ਫੀਸਦੀ ਲੋਕਾਂ ਦੇ ਬਿੱਲ ਨਵੰਬਰ ਦੇ ਵਿੱਚ ਜ਼ੀਰੋ ਆਏ ਨੇ ਇਹ ਦਾਵਾ ਇਸ ਰਿਪੋਰਟ ਦੇ ਵਿੱਚ ਕੀਤਾ ਗਿਆ ਹੈ ਇਹ ਰਿਪੋਰਟ ਦਾਵਾ ਕਰਦੀ ਹੈ ਕਿ ਅਗਲੀ ਵਾਰ ਇਸ ਤੋਂ ਜਿਹੜਾ ਅਗਲਾ ਬਿੱਲ ਆਉਣਾ ਹੈ ਉਸ ਦੇ ਵਿੱਚ ਹੋਰ ਵੀ ਜ਼ਿਆਦਾ ਜ਼ੀਰੋ ਬਿੱਲ ਆ ਸਕਦੇ ਨੇ ਅਤੇ ਇਸ ਦੇ ਨਾਲ ਪੀਐਸਪੀਸੀਐਲ ਦਾ ਘਾਟਾ ਹੋਰ ਵੀ ਵੱਧ ਜਾਵੇਗਾ ਪੰਜਾਬ ਸਰਕਾਰ ਦੇ ਵੱਲੋਂ ਪੀਐਸਪੀਸੀਐਲ ਨੂੰ ਇਹ ਕਿਹਾ ਗਿਆ ਹੈ ਕਿ ਅਸੀਂ 15845 ਕਰੋੜ ਤੁਹਾਨੂੰ ਸਬਸਿਡੀ ਪੇ ਕਰਾਂਗੇ ਇੱਕ ਸਾਲ ਦੀ ਪਰ ਅੰਦਾਜ਼ਾ ਇਹ ਲਾਇਆ ਜਾ ਰਿਹਾ ਹੈ ਕਿ ਇਹ ਸਬਸਿਡੀ ਤਾਂ 18000 ਕਰੋੜ ਤੱਕ ਪਹੁੰਚ ਜਾਣੀ ਹੈ ਜਿੰਨਾ ਅਨੁਮਾਨ ਪੰਜਾਬ ਸਰਕਾਰ ਨੇ ਲਾਇਆ ਕਿ ਸਾਲ ਦੇ 15845 ਕਰੋੜ ਹੀ ਦੇਣੇ ਪੈਣਗੇ ਪੀਐਸਪੀਸੀਐਲ ਨੂੰ ਸਰਕਾਰ ਦੇ ਵੱਲੋਂ ਉਹ ਹੁਣ ਜਿਹੜਾ ਖਰਚਾ ਹੈ ਉਹ ਵੱਧ ਕੇ 18000 ਕਰੋੜ ਤੱਕ ਪਹੁੰਚ ਸਕਦਾ ਹੈ ਜਾਂ ਫਿਰ ਇਸ ਤੋਂ ਵੀ ਉੱਪਰ ਜਾ ਸਕਦਾ ਹੈ 87% ਦੀ ਲੋਕਾਂ ਦੇ ਕਿਉਂਕਿ 74 ਲੱਖ ਜਿਹੜੇ ਪੰਜਾਬ ਦੇ ਵਿੱਚ ਬਿਜਲੀ ਦੇ ਮੀਟਰ ਨੇ ਉਸ ਦੇ ਵਿੱਚੋਂ 87% ਦੀ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਗੱਲ ਨੂੰ ਲੈ ਕੇ ਆਪਣੀ ਪਿੱਠ ਥਾਪੜਦੇ ਨੇ ਪਰ ਪੰਜਾਬ ਦੇ ਵਿੱਚ ਲੋਕਾਂ ਦੇ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਬਿਜਲੀ ਦੇ ਬਿੱਲ ਜ਼ੀਰੋ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਹੁਣ ਇੱਕ ਆਟਾ ਹੋਰ ਵੀ ਵੱਤ ਸਕਦਾ ਹੈ ਪੰਜਾਬ ਦੀ ਵਿੱਤੀ ਹਾਲਤ ਪਹਿਲਾਂ ਹੀ ਮਾੜੀ ਹੈ ਅਤੇ ਅਰਥਸ਼ਾਸਤਰੀਆਂ ਦੇ ਵੱਲੋਂ ਚੇਤਾਵਨੀਆਂ ਵੀ ਸਰਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਮਾਨ ਸਰਕਾਰ ਨੂੰ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਚੇਤਾਵਨੀ ਕਾਂਗਰਸ ਪਾਰਟੀ ਨੇ ਵੀ ਦੇ ਦਿੱਤੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਨੇ ਦਿਵਾਲੀਆਨਾ ਕਰ ਦਿਓ ਪੰਜਾਬ ਨੂੰ ਲੋਕ ਲੁਭਾਉ ਤੁਸੀਂ ਵਾਅਦੇ ਕੀਤੇ ਸਨ ਪਤਾ ਤੁਹਾਨੂੰ ਵੀ ਹੈ ਕਿ ਪੂਰੇ ਨਹੀਂ ਹੋ ਸਕਦੇ ਪਰ ਪੰਜਾਬ ਨੂੰ ਦਿਵਾਲੀਆ ਕਰਕੇ ਤੁਸੀਂ ਸਿਰਫ ਵੋਟਾਂ ਦੀ ਖੇਡ ਖੇਡ ਰਹੇ ਹੋ ਤੁਹਾਨੂੰ ਜ਼ਰਾ ਧਿਆਨ ਦੇਣਾ ਚਾਹੀਦਾ ਹੈ ਮੁਨਾਫਾ ਕੀ ਹੈ ਨੁਕਸਾਨ ਕੀ ਹੈ ਉਸ ਦੇ ਵੱਲ ਵੀ ਆਮ ਆਦਮੀ ਪਾਰਟੀ ਨੂੰ ਧਿਆਨ ਦੇਣਾ ਚਾਹੀਦਾ ਹੈ ਸਿਰਫ ਵੋਟਾਂ ਨੂੰ ਲੈ ਕੇ ਹੀ ਕੰਮ ਨਹੀਂ ਕਰਨੇ ਚਾਹੀਦੇ ਕਰਜ਼ੇ ਤੇ ਕਰਜ਼ਾ ਚੜਾਈ ਜਾਂਦੇ ਹੋ ਜ਼ਰਾ ਸੰਭਲ ਕੇ ਚੱਲੋ ਇਹ ਨਸੀਹਤਾਂ ਦਿੱਤੀਆਂ ਗਈਆਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਪੰਜਾਬ ਸਰਕਾਰ ਨੂੰ ਅਗਲੀ ਖਬਰ ਦੇ ਵੱਲ ਵਧਦੇ ਆ ਜੇਕਰ ਹੁਣ ਪੀਐਸਪੀਸੀਲ ਦਾ ਘਾਟਾ ਵਧਦਾ ਜਾਂਦਾ ਹੈ ਆਰਥਿਕ ਸਥਿਤੀ ਹੋਰ ਮਾੜੀ ਹੁੰਦੀ ਜਾਂਦੀ ਹੈ ਪੰਜਾਬ ਦਾ ਕਰਜ਼ਾ ਵੀ ਵਧਦਾ ਜਾਂਦਾ ਹੈ ਤਾਂ ਸਰਕਾਰ ਦੇ ਵੱਲੋਂ ਹੁਣ ਇੱਕ ਹੋਰ ਫੈਸਲਾ ਬਿਜਲੀ ਦੇ ਮੀਟਰਾਂ ਨੂੰ ਲੈ ਕੇ ਲਿਆ ਗਿਆ ਹੈ ਪੀਐਸਪੀਸੀਲ ਨੇ ਇੱਕ ਫੈਸਲਾ ਲਿਆ ਹੈ ਕਿ ਇੱਕ ਇਮਾਰਤ ਦੇ ਵਿੱਚ ਦੋ ਮੀਟਰ ਲਾਉਣ ਤੇ ਹਾਲ ਦੀ ਕੜੀ ਰੋਕ ਲਾ ਦਿੱਤੀ ਗਈ ਹੈ ਪੀਐਸਪੀਸੀਲ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਲੋਕ ਗਲਤ ਰੀਕੇ ਨਾਲ ਇਸ ਦਾ ਇਸਤੇਮਾਲ ਕਰ ਰਹੇ ਨੇ ਕਿਉਂਕਿ 4 ਮਹੀਨਿਆਂ ਦੇ ਵਿੱਚ ਹੀ ਪੂਰੀ ਤਰ੍ਹਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਫਿਊਜ਼ ਉਡਾ ਕੇ ਰੱਖ ਦਿੱਤੇ ਨੇ ਮੁਫਤ ਬਿਜਲੀ ਦੀ ਸਕੀਮ ਨੇ ਹੁਣ ਨਵਾਂ ਪੈਂਤੜਾ ਪਾਵਰ ਕਾਮ ਨੇ ਇਹ ਅਖਤਿਆਰ ਕੀਤਾ ਹੈ ਕਿ ਇੱਕ ਇਮਾਰਤ ਦੇ ਵਿੱਚ 2 ਮੀਟਰ ਲਾਉਣ ਦੀ ਪ੍ਰਕਿਰਿਆ ਤੇ ਰੋਕ ਲਾ ਦਿੱਤੀ ਗਈ ਹੈ ਜਿਨਨੇ ਵੀ ਹੁਣ ਤੱਕ ਇੱਕ ਇਮਾਰਤ ਦੇ ਵਿੱਚ 2 ਮੀਟਰ ਲੱਗੇ ਨੇ ਉਹਨਾਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਅਤੇ ਫਲਾਈਂਗ ਸਕੁਐਡ ਬਣਾ ਦਿੱਤੇ ਗਏ ਨੇ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਉੜਨ ਦਸਤੇ ਕਿਹਾ ਜਾਂਦਾ ਹੈ ਉਹ ਬਣਾ ਦਿੱਤੇ ਗਏ ਨੇ ਉਹ ਜਾ ਕੇ ਚੈੱਕ ਕਰਨਗੇ ਕਿ ਕਿਤੇ ਗਲਤ ਇੱਕ ਇਮਾਰਤ ਦੇ ਵਿੱਚ 2 ਮੀਟਰ ਤਾਂ ਨਹੀਂ ਲੱਗੇ ਉਸ ਦੇ ਵੱਲੋਂ ਰਿਪੋਰਟ ਸੌਂਪੀ ਜਾਏਗੀ ਉਸ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ ਪਾਵਰ ਕਾਮ ਨੂੰ ਸ਼ੱਕ ਇਹ ਹੈ ਕਿ ਲੋਕ ਇੱਕੋ ਇਮਾਰਤ ਦੇ ਵਿੱਚ 2 ਮੀਟਰ ਲਗਵਾ ਕੇ ਸਕੀਮ ਦਾ ਨਜਾਇਜ਼ ਫਾਇਦਾ ਚੁੱਕ ਰਹੇ ਨੇ ਇਹ ਫਲਾਈਂਗ ਸਕੁਐਡ ਜਾ ਕੇ ਹੁਣ ਜਾਂਚ ਇਹ ਕਰੇਗਾ ਕਿ ਜੇਕਰ ਇੱਕ ਇਮਾਰਤ ਦੇ ਵਿੱਚ 2 ਮੀਟਰ ਲੱਗੇ ਵੀ ਨੇ ਤਾਂ ਨਿਯਮਾਂ ਅਨੁਸਾਰ ਹੀ ਲੱਗੇ ਨੇ ਕਿਤੇ ਗਲਤ ਤਰੀਕੇ ਨਾਲ ਤਾਂ ਨਹੀਂ ਲੱਗੇ ਇਸ ਤਰੀਕੇ ਨਾਲ ਹੁਣ ਸਰਕਾਰ ਦੇ ਵੱਲੋਂ ਇਹ तरीके अपनाए जान ਲੱਗ ਪਏ ਨੇ ਕਿ ਕਿਸੇ ਨਾ ਕਿਸੇ ਤਰੀਕੇ ਇਸ ਦੇ ਠੱਲ ਪਾਈ ਜਾ ਸਕੇ ਕਿਉਂਕਿ ਵੱਧ ਤੋਂ ਵੱਧ ਲੋਕਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜੇਕਰ ਸਾਡਾ ਘਰ 1 ਐਮੀਟਰ ਤੋਂ ਲੱਗ ਜਾਣਗੇ ਤਾਂ 3300 ਯੂਨਿਟ ਹੋ ਜਾਵੇਗਾ ਆਪਸ ਵਿੱਚ ਵੰਡਿਆ ਜਾਵੇਗਾ ਤਾਂ ਫਿਰ ਇੱਕ ਵੀ ਮੀਟਰ ਦਾ ਬਿੱਲ ਨਹੀਂ ਆਵੇਗਾ ਜ਼ੀਰੋ ਬਿੱਲ ਦਾ ਫਾਇਦਾ ਚੁੱਕਣ ਲਈ ਲੋਕਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਫਿਰ ਪਾਵਰ ਕਾਮ ਨੇ ਵੀ ਇਹ ਵੱਡਾ ਫੈਸਲਾ ਲੈ ਲਿਆ ਹੈ